ਅੱਜ 20 ਦਿਨ ਹੋ ਚੁੱਕੇ ਹੈ ਕਾਲਜ ਦੇ ਸ਼ੁਰੂ ਹੋਏ ਨੂੰ, ਪਰ ਇੱਕ ਵੀ ਕਲਾਸ ਨਹੀਂ ਲੱਗੀ ਹੋਈ। ਕਾਰਨ ਉਹਦਾ ਕੀ ਹੈਗਾ ਕਿ ਯੂਨੀਵਰਸਿਟੀ ਇੱਕ ਬੋਰਡ ਕੇਸ ਹੈ ਟੀਚਰਸ ਦੇ ਖਿਲਾਫ, ਜਿਹੜਾ ਕਿ ਉਹਦੇ ਕਾਰਨ ਕਲਾਸਾਂ ਇੰਨੀਆਂ ਸ਼ੁਰੂ ਨਹੀਂ ਕਰ ਰਹੇ। ਬੱਚਿਆਂ ਨੂੰ ਵਾਰ ਵਾਰ ਜਿਹੜਾ ਬੁਲਾਇਆ ਜਾ ਰਿਹਾ, 16 ਤਰੀਕ ਦਾ ਨੋਟਿਸ ਲੱਗਾ, ਫਿਰ 20 ਦਾ ਲੱਗਾ, ਫਿਰ ਅੱਜ 1 ਤਰੀਕ ਦਾ ਲੱਗਿਆ। 1 ਤਰੀਕ ਸਾਰੇ ਬੱਚੇ ਬੜੇ ਦੂਰੋਂ ਆਏ ਨੇ, ਲੜਕੀਆਂ ਆਈਆਂ ਨੇ, ਕੋਈ ਬੱਸ 'ਤੇ ਆ ਰਿਹਾ, ਕੋਈ ਆਟੋ 'ਤੇ ਆ ਰਿਹਾ, ਉਹਨਾਂ ਨੂੰ ਇਸ ਤੋਂ ਪਰੇਸ਼ਾਨੀ ਹੋ ਰਹੀ ਹੈ ਅਤੇ ਉਹਨਾਂ ਨੂੰ ਗੇਟ ਤੋਂ ਵਾਪਸ ਧੱਕੀ ਦੇ ਕੇ ਬਾਹਰ ਕੱਢਿਆ ਜਾ ਰਿਹਾ। ਸਾਡੀ ਇਹ ਡਿਮਾਂਡ ਹੈ ਕਿ ਬੱਚੇ ਕਾਲਜ ਆ ਰਹੇ ਨੇ, ਟੀਚਰ 40 ਜਿੱਥੇ ਸਟਾਫ ਮੈਂਬਰ ਜਿਹੜੇ 40 ਬੱਚੇ ਇੱਥੇ ਜਿਹੜੇ ਟੀਚਰ ਬੈਠੇ ਹੋਏ ਨੇ ਕਾਲਜ ਦੇ ਵਿੱਚ, ਉਹਨਾਂ ਕੋਲੋਂ ਕਲਾਸਾਂ ਲਵਾਈਆਂ ਜਾਣ। ਜੇਕਰ ਨਹੀਂ ਕਲਾਸਾਂ ਲਵਾਉਣੀਆਂ ਤਾਂ ਬੱਚਿਆਂ ਨੂੰ ਕਿਉਂ ਹਰਾਸ ਕੀਤਾ ਜਾ ਰਿਹਾ? ਉਹਨਾਂ ਦਾ ਟਾਈਮ ਹੀ ਖਰਾਬ ਹੋ ਰਿਹਾ, ਉਹਨਾਂ ਦਾ ਸਿਲੇਬਸ ਪਿੱਛੇ ਪੈ ਰਿਹਾ, ਉਹਨਾਂ ਦੀਆਂ ਕਲਾਸਾਂ ਨਹੀਂ ਸ਼ੁਰੂ ਹੋ ਰਹੀਆਂ, ਉਹ ਆਪਣਾ ਘਰੋਂ ਆਪਣਾ ਕੀਮਤੀ ਸਮਾਂ ਕੱਢ ਕੇ ਕਾਲਜ ਆ ਰਹੇ ਨੇ, ਅਤੇ ਜਿਹਦੇ ਕਾਰਨ ਉਹ ਹਰਾਸ ਹੋ ਰਹੇ। ਜੇਕਰ ਪ੍ਰਸ਼ਾਸਨ ਨੇ ਕਲਾਸਾਂ ਨਹੀਂ ਸ਼ੁਰੂ ਕਰਨੀਆਂ ਤੇ ਕੋਈ ਲਿਖਤੀ ਨੋਟਿਸ ਇੱਕ ਪੱਕੀ ਤਰੀਕ ਲਾ ਦੇਣ ਜਿਸ ਦਿਨ ਕਲਾਸਾਂ ਸ਼ੁਰੂ ਹੋਣੀਆਂ, ਬੱਚਿਆਂ ਨੂੰ ਵਾਰ ਵਾਰ ਹਰਾਸ ਕਿਉਂ ਕੀਤਾ ਜਾ ਰਿਹਾ? ਸੋ ਪ੍ਰਿੰਸੀਪਲ ਸਰ ਤੋਂ ਜਾ ਕੇ ਸਾਡੀ ਜਿਹੜੀ ਰਿਕੁਐਸਟ ਹੈ ਕਿ ਤੁਸੀਂ ਪ੍ਰਿੰਸੀਪਲ ਸਰ ਨੂੰ ਪੁੱਛੋ ਕਿ ਉਹ ਕਲਾਸਾਂ ਕਿਉਂ ਨਹੀਂ ਸ਼ੁਰੂ ਕਰ ਰਹੇ, ਜਦਕਿ ਟੀਚਰ ਪ੍ਰਿੰਸੀਪਲ ਸਰ ਡਾਕਟਰ ਧਰਮਜੀਤ ਸਿੰਘ ਅੰਦਰ ਜਿਹੜੇ ਆਫਿਸ 'ਚ ਮੌਜੂਦ ਨੇ, ਤੁਸੀਂ ਉਹਨਾਂ ਦੇ ਰਿਵਿਊ ਲੈ ਸਕਦੇ ਹੋ ਕਿ ਉਹ ਕਿਉਂ ਨਹੀਂ ਕਲਾਸਾਂ ਸ਼ੁਰੂ ਕਰ ਰਹੇ, ਜਦਕਿ ਸਟਾਫ ਵੀ ਕਾਲਜ 'ਚ ਮੌਜੂਦ ਹੈ ਅਤੇ ਬੱਚੇ ਵੀ ਕਾਲਜ 'ਚ ਮੌਜੂਦ। ਨੌਬਤ ਨਹੀਂ, ਐਸੀ ਗੱਲ ਆਈ ਯੂਨੀਵਰਸਿਟੀ ਵੱਲੋਂ, ਸਾਨੂੰ ਆਰਡਰ ਆ, ਕੁਛ ਟੀਚਰਾਂ ਦਾ ਕੋਰਟ ਕੇਸ, ਜਿਹੜੇ ਟੈਂਪਰੇਰੀ ਆ ਉਹਨਾਂ ਦਾ ਕੋਰਟ ਕੇਸ ਹੈਗਾ, ਅਤੇ ਯੂਨੀਵਰਸਿਟੀ ਨੇ ਸਾਨੂੰ ਕਿਹਾ ਸੀ ਕਿ 1 ਅਗਸਤ ਤੱਕ ਕਲਾਸਾਂ ਨਹੀਂ ਲੱਗਣਗੀਆਂ, 1 ਅਗਸਤ ਤੱਕ ਕਲਾਸਾਂ ਨਹੀਂ ਲੱਗਣਗੀਆਂ, 2 ਤੋਂ ਕਲਾਸਾਂ ਲੱਗਣਗੀਆਂ। ਅਤੇ ਜੇ ਤੁਸੀਂ ਇਸ ਸੰਬੰਧੀ 'ਚ ਆਰਡਰ ਦੇਖਣਾ, ਆਰਡਰ ਵੀ ਦੇਖ ਸਕਦੇ ਹਾਂ, 1 ਅਗਸਤ ਤੱਕ ਜਿਹੜੀਆਂ ਕਲਾਸਾਂ ਨਹੀਂ ਲੱਗਣਗੀਆਂ। ਮੈਂ ਚਾਹੁੰਦਾ ਸੀ ਕਿ 1 ਤੱਕ 1 ਨੂੰ ਕਲਾਸਾਂ ਲਾ ਲਈਏ ਨਿੱਜੀ ਮੈਂ, ਪਰ ਕੱਲ੍ਹ ਸਾਡੀ ਮੀਟਿੰਗ ਜਿਹੜੀ, ਅੱਜ 1 ਮੀਟਿੰਗ ਹੈ ਯੂਨੀਵਰਸਿਟੀ 'ਚ ਇਸੇ ਸੰਬੰਧ ਦੇ ਵਿੱਚ, ਇਸ ਕਰਕੇ ਕੱਲ੍ਹ ਬੱਚਿਆਂ ਨੂੰ ਇਨਫੋਰਮ ਟੈਲੀਫੋਨ 'ਤੇ ਕਰ ਦਿੱਤਾ ਸੀ, 90% ਬੱਚਿਆਂ ਨੂੰ ਅਸੀਂ ਇਨਫੋਰਮ ਕਰ ਦਿੱਤਾ ਸੀ ਕਿ ਕਲਾਸਾਂ ਜਿਹੜੀਆਂ ਵਾ ਕੱਲ੍ਹ ਤੋਂ ਲੱਗਣਗੀਆਂ, ਅੱਜ ਫਸਟ ਤੋਂ ਨਹੀਂ ਲੱਗਣਗੀਆਂ। ਆਹ ਨੋਟਿਸ ਜਿਹੜਾ ਕੱਲ੍ਹ ਮੈਂ ਕੱਢਿਆ ਸੀ, ਨਹੀਂ ਕੋਈ ਬਾਹ ਨਹੀਂ, ਕੋਈ ਬਾਹ ਨਹੀਂ, ਇਹ ਸਾਡੇ ਰਿਸਪੈਕਟੇਬਲ ਮੈਂਬਰ ਆਫ ਦਾ ਕਮਿਊਨਿਟੀ ਆ, ਕੋਈ ਬਾਹ ਜੇ ਕੱਢਿਆ, ਉਹ ਉਹਨਾਂ ਨੂੰ ਕਹਿ ਰਿਹਾ ਸੀ ਕਿ ਤੁਸੀਂ ਅੰਦਰ ਚਲੋ, ਅੰਦਰ ਚਲੋ, ਮੈਂ ਉਹਨਾਂ ਨੂੰ ਕਹਿ ਰਿਹਾ ਸੀ ਕਿ ਕੱਲ੍ਹ ਤੋਂ ਕਲਾਸਾਂ ਲੱਗਣਗੀਆਂ, ਇਸ ਤੋਂ ਬਾਅਦ